साहिब जी करता पुरख निरपा निर्वैर अकाल मूरत अग्नि सैवम गुरु प्रसाद जब याद सच जुगाद सच है भी सच नानक होसी भी सच जब याद सच जुगाद सच है भी सच नानक होसी भी सच जब याद सच जुगाद सच है पी सच नानक हो सी सच सतगुरु जी कृपा करन बख्शिश करन मेरे मालिक जी धन गुरु ग्रंथ साहिब महाराज के चरणों विच मनोवृत्ति जोड़ के आ समा मिलना बहुत औखा है मन नूं एकागर करना गुरु कोल बहुत औखा है पर जे गुरु दे बन जाइए चित रखना सतगुरु जी आप सिर ते हाथ रख के ए मन नूं एकागर कराउंदे हन क्योंकि गुरु है गुरु ही सब कुछ करा सकदा है साडे वास कुछ नहीं है सतगुरु जी कृपा कर बख्शिश कर मेरे मालिक जी एक बारी प्यार दा सबूत दो सारे सत्कार ना फतेह कजाओ वाहेगुरु जी का खालसा वाहेगुरु जी की फतेह वाहेगुरु सत्य
ਅਬ ਸਜਣਾ ਅਬ ਕਰਦਾ
ਪਰ ਮੈਨੂੰ ਦਰਸ਼ਨ ਨਾ ਹੋ ਆਖਦੇ ਹਾਂ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਮਨ ਵਿੱਚ ਜਦ ਤੱਕ ਤੜਫ ਨਹੀਂ ਆਵੇਗੀ ਚਿੱਤ ਰੱਖੀ ਤਤ ਦਿਦਾਰੇ ਨਹੀਂ ਹੋਣੀ ਮੈਂ ਸੋਚਾਂ ਮੈਂ ਬਾਣੀ ਪੜ੍ਹਦਾ ਹਾਂ ਮੈਂ ਬਾਬੇ ਦੀ ਬਾਣੀ ਪੜ੍ਹਦਾ ਹਾਂ ਮੈਨੂੰ ਅਰਥ ਕਰਨੇ ਵੀ ਆਉਂਦੇ ਹਨ ਮੈਨੂੰ ਕੰਠ ਵੀ ਹੋ ਗਈ ਹੈ ਮੈਂ ਸੋਜਵਾਨ ਸ਼ੁੱਧ ਵੀ ਪੜ੍ਹਨ ਲੱਗ ਗਿਆ ਹਾਂ ਪਰ ਚੇਤੇ ਰੱਖੀ ਜਦ ਤੱਕ ਭਾਵਨਾ ਨਹੀਂ ਆਵੇਗੀ ਤਦ ਤੱਕ ਪ੍ਰੇਮ ਨਹੀਂ ਜਾਗੇ ਮਰ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਇਸ ਵਿੱਚ ਸਿਰਫ ਪ੍ਰੇਮ ਦੀ ਗੱਲ ਗੁਰੂ ਕੇ ਪਿਆਰਿਓ ਧੰਨੇ ਵਿੱਚ ਪ੍ਰੇਮ ਸੀ ਪਿਆਰ ਪੜਿਆ ਲਿਖਿਆ ਨਹੀਂ ਸੀ ਭਗਤ ਰਵਿਦਾਸ ਜੀ ਕੋ ਪ੍ਰੇਮ ਸੀ ਪਿਆਰ ਪੜੇ ਲਿਖੇ ਨਹੀਂ ਸੀ ਸੱਚ ਜਾਣਿਓ ਜਦ ਉਹਨਾਂ ਵਿੱਚ ਪ੍ਰੇਮ ਜਾਗਰੂਕ ਹੁੰਦਾ ਹੈ ਚਿੱਤ ਰੱਖਣਾ ਫਿਰ ਰੱਬ ਵੀ ਕੌਣ ਆ ਕੇ ਨਾਮ ਜਪਾਉਂਦੇ ਹਨ ਪਿਆਰਿਓ ਇਹ ਪ੍ਰੇਮ ਦੀਆਂ ਖੇਡਾਂ ਹਨ ਸਤਿਗੁਰ ਜੀ ਕੋਲ ਬਹਿ ਕੇ ਰੱਬ ਦੀਆਂ ਗੱਲਾਂ ਕਰਨੀਆਂ ਰੱਬ ਦੀ ਉਸਤਤ ਕਰਨੀ ਰੱਬ ਦੀਆਂ ਉਹ ਗੱਲਾਂ ਮਨ ਵਿੱਚ ਵਸਾਉਣੀਆਂ ਇਹ ਪ੍ਰੇਮ ਹੈ ਚੇਤੇ ਰੱਖਿਓ ਰੱਬ ਕੋਲ ਆ ਕੇ ਵੀ ਇਹ ਕਦੀ ਨਹੀਂ ਕਹਿਣਾ ਸੱਚੇ ਪਾਤਸ਼ਾਹ ਹੁਣ ਮੈਂ ਬਾਣੀ ਸ਼ੁੱਧ ਪੜ੍ਹਦਾ ਹਾਂ ਪਿਆਰਿਓ ਸਤਿਗੁਰ ਜਾਣਦੇ ਹਨ ਮੈਂ ਆਪਣੀ ਗੱਲ ਕਰਦਾ ਹਾਂ ਅੱਜ ਤੱਕ ਨੀ ਬਾਣੀ ਮੈਂ ਸ਼ੁੱਧ ਪੜ੍ਹ ਪਾ ਰਿਹਾ ਕਿਉਂ ਕਿਉਂਕਿ ਬਾਬਾ ਜਿਸ ਪ੍ਰੇਮ ਨਾਲ ਤੁਸੀਂ ਬਾਣੀ ਗਾਈ ਹੈ ਮੈਨੂੰ ਹਜੇ ਜਾਚ ਨਹੀਂ ਆਉਂਦੀ ਯਾਦ ਰੱਖਿਓ ਜਿਸ ਦਿਨ ਬਾਬੇ ਦੇ ਪ੍ਰੇਮ ਮੰਗਰ ਬਾਣੀ ਗਾਵਾਂਗੇ ਫਿਰ ਦੁਨੀਆਂ ਨਜ਼ਰ ਨਹੀਂ ਆਵੇਗੀ ਸਿਰਫ ਰੱਬ ਨਜ਼ਰ ਆਵੇਗਾ ਬਸ ਇਤਨੀ ਸੀ ਗੱਲ ਹੈ ਅੱਜ ਅਸੀਂ ਦੁਖੀ ਹਾਂ ਹਰ ਇੱਕ ਬੰਦਾ ਦੁਖੀ ਹੈ ਅਗਰ ਅਸੀਂ ਡਾਕਟਰ ਕੋਲ ਜਾਵਾਂਗੇ ਕਵਾਂਗੇ ਮੇਰੇ ਗੋਡੇ ਦਰਦ ਹੁੰਦੇ ਹਨ ਮੇਰੀ ਕਮਰ ਦਰਦ ਹੁੰਦੀ ਹੈ ਮੈਨੂੰ ਬੀਪੀ ਹੈ ਸ਼ੂਗਰ ਹੈ ਤੇ ਡਾਕਟਰ ਕਹੇਗਾ ਪਰਹੇਜ ਕਰ ਦਵਾਈ ਜੇ ਅਸੀਂ ਦਵਾਈ ਨਹੀਂ ਖਾਵਾਂਗੇ ਤੇ ਇਲਾਜ ਨਹੀਂ ਹੋ ਪਾਏਗਾ ਇਹੋ ਗੱਲ ਅਸੀਂ ਰੱਬ ਨੂੰ ਪੁੱਛਦੇ ਹਾਂ ਰੱਬ ਜੀ ਅਸੀਂ ਬਹੁਤ ਦੁਖੀ ਹਾਂ ਤੇ ਰੱਬ ਜੀ ਕਹਿੰਦੇ ਹਨ ਇੱਕ ਵਾਰੀ ਦੱਸ ਸੱਚੀ ਦੱਸੀ ਤੂੰ ਕਿੰਨਿਆਂ ਕੋ ਦੁਖੀ ਕਰਦਾ ਦੇਖਣਾ ਇੱਥੇ ਗੱਲ ਫਰਕ ਹੈ ਜਦ ਬਾਬਾ ਜੀ ਕੋਲ ਆਵਾਂਗੇ ਬਾਬਾ ਜੀ ਅਸੀਂ ਬਹੁਤ ਦੁਖੀ ਹਾਂ ਤੇ ਬਾਬਾ ਜੀ ਕਹਿਣਗੇ ਤੂੰ ਕਿੰਨਿਆਂ ਨੂੰ ਦੁਖੀ ਕਰਦਾ ਹੈ ਫਿਰ ਮਨ ਤੇ ਹੱਥ ਰੱਖ ਕੇ ਕਹੇ ਬਹੁਤਿਆਂ ਨੂੰ ਬਾਬਾ ਜੀ ਕਹਿੰਦੇ ਦੁਖੀ ਕਰਨਾ ਬੰਦ ਕਰ ਦੇ ਤੂੰ ਦੁਖੀ ਨਹੀਂ ਹੋ ਸਕਦਾ ਸਤਿਗੁਰ ਜੀ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਹਾਂ ਜੇ ਦੁੱਖ ਆਇਆ ਤੇ ਸੁੱਖ ਵੀ ਆਵੇਗਾ ਜੇ ਸੁੱਖ ਆਇਆ ਬਾਬਾ ਕਹਿੰਦਾ ਤਿਆਰੀ ਕਰ ਲੈ ਦੁੱਖ ਵੀ ਆਵੇਗਾ ਪਰ ਆਵੇ ਸੱਚ ਜਾਣਿਓ ਲੜਾਈ ਹੋਵੇ ਦੁਸ਼ਮਣੀ ਹੋਵੇ ਜੰਗ 'ਚ ਲੜਨਾ ਹੋਵੇ ਤਲਵਾਰ ਹੋਵੇ ਸਾਡੇ ਕੋਲ ਪਰ ਜੇ ਕੋਈ ਵਾਰ ਕਰੇ ਸਾਨੂੰ ਢਾਲ ਮਿਲ ਜਾਵੇ ਤੇ ਰੋਕ ਸਕਦੇ ਹਾਂ ਬਾਬਾ ਢਾਲ ਹੈ ਦੁੱਖਾਂ ਨੂੰ ਰੋਕੇਗਾ ਦੁੱਖ ਆਵੇਗਾ ਤੇ ਜ਼ਰੂਰ ਪਰ ਮਹਿਸੂਸ ਨਹੀਂ ਹੋਏਗਾ ਗੁਰੂ ਕੇ ਪਿਆਰਿਓ ਚਿੱਤ ਰੱਖਿਓ ਗੁਰੂ ਨਾ ਭੁੱਲੇ ਸਾਈਂ ਨਾ ਭੁੱਲੇ ਬਾਬਾ ਕਹਿੰਦੇ ਸੋ ਮੈਂ ਵਿਸਰਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਾਬਾ ਮੈਨੂੰ ਦੁਨੀਆਂ ਦੀ ਗੱਲਾਂ ਭੁੱਲ ਜਾਣ ਪਰ ਤੁਸੀਂ ਨਾ ਵਿਸਰੋ ਕਿਵੇਂ ਨਾ ਵਿਸਰੀਏ ਕਰੋ ਵਾਰ ਮਾਰੀ ਹਾਂ ਦੇਖਾਂ ਦਰਸ਼ਨ ਤੇਰਾ ਰਾਜ਼ ਹਾਂ ਦੇਖਾਂ ਦਰਸ਼ਨ ਸਜਣਾ
तक उस पैरे ते रवेगा जब तक उस दलील च रहेगा चित रखे दुख नेड़े आई संसार दी गल करी एक छोटी जी प्रैक्टिकल मां दे दायरे च जब बच्चा रहंदा है ते बच्चा खेड़ा करदा है दौड़दा है भजदा है बच्चे नु चिंता नहीं चित रखना असी मां प्यो हां साडे बच्चे हन या असी बच्चे साडे मां प्यो हन याद रखना एक गल है बड़ी प्यारी जब तक मां प्यो कोल बच्चा रहंदा है चिंता बच्चे नु नहीं है मां प्यो चिंता करदे हन जब ओ बच्चा मां प्यो दे दायरे तो बाहर चले जांदा है फिर ओनु ठोकर पैंदी सुख नहीं आको सतनाम रब एक है मारे कहंदे अवल अल्लाह नूर उपाया कुदरत के सब बंदे एक नूर ते सब जग उपजिया कौन भले कौन बंदे असि कहंदे ए बंदा माड़ा ई चंगा किवें जान सकदा है मैं प्रैक्टिकल गल करदा हां मेरे प्यारियो जिहड़ी गल आप जी नु समझ आ गई याद रखियो मैं चिट्टा चोला पाया हां दुनिया के ये बड़ा चंगा है जे कोई कवे कोई पेंट शर्ट पाके आया है ये बड़ा माड़ा है नहीं साथ संगे जी असि दुनिया दे वेश देख के लोकां दी पर्सनालिटी देख के जजमेंट करदे हां कि दिस पर्सन इज गुड एंड बैड साथ संगे जी याद रखियो किसी नु देख के असि जजमेंट नहीं कर सकदे याद रखियो ए नहीं दस सकते एक दूजे दी बुराइयां चंगियाइयां दस सकते पर कौन कितना निकनेम सिमरन करता है असि एक दूजे दा नहीं दस सकते आको सतनाम याद रखियो कुर्बान जाई उस वेला सुहावी जित तुमरे द्वारे आया ए गुरुद्वारे असि नहीं आए याद रखियो ए गुरुद्वारे असि नहीं आए ए बाबे ने अज तरस करके साडे ते कृपा कीती सानू बुलाया ਘਰ ਚ ਬੈਠੇ ਸੀ ਗੱਡੀ ਗੇਟ ਚ ਫਸੇ ਸੀ ਕਲੇਜ ਚ ਬੈਠੇ ਕੋਈ ਰਿਸ਼ਤੇਦਾਰ ਆ ਗਿਆ ਗੁਰਦੁਆਰੇ ਨਿਕਲਦੇ ਨਿਕਲਦੇ ਸੀ ਕਹਿੰਦੇ ਆ ਗੁਰਦੁਆਰੇ ਜਾਣਾ ਇੰਨੀ ਦੇਰ ਵਿੱਚ ਕੋਈ ਪ੍ਰੋਹਣਾ ਆ ਜਾਂਦਾ ਘਰ ਅਸੀਂ ਉਹਦੀ ਚਾਹ ਪਾਣੀ ਚ ਲੱਗ ਜਾਂਦੇ ਸਾਡਾ ਗੁਰਪੁਰਬ ਨਿਕਲ ਜਾਂਦਾ ਸਾਡੇ ਗੁਰੂ ਕੇ ਪਿਆਰਿਓ ਯਾਦ ਰੱਖਿਓ ਜਿਸ ਪਿੱਛੇ ਮੇਰਾ ਸਾਈ ਮੇਰਾ ਪਰਮਾਤਮਾ ਭੁੱਲੇ ਉਹ ਮਾਇਆ ਹੈ ਜਿਸ ਕਾਰਨ ਸਾਨੂੰ ਅੰਮ੍ਰਿਤ ਉੱਠਿਆ ਨਾ ਜਾਵੇ ਉਹ ਕਾਰੋਬਾਰ ਜੇ ਲੇਟ ਆਵੇ ਉਹ ਮਾਇਆ ਹੈ ਯਾਦ ਰੱਖਿਓ ਗੁਰੂ ਕੇ ਪਿਆਰਿਓ ਰੱਬ ਨੂੰ ਯਾਦ ਰੱਖ ਲੈ ਕਾਰੋਬਾਰ ਘਰ ਪਰਿਵਾਰ ਰਿਸ਼ਤੇਦਾਰ ਤੇਰੇ ਮਗਰ ਫਿਰਨਗੇ ਜੇ ਤੂੰ ਕਾਰੋਬਾਰ ਰਿਸ਼ਤੇਦਾਰਾਂ ਨੂੰ ਦੇਖੇਗਾ ਚਿੱਤ ਰੱਖੀ ਰੱਬ ਵਿਸਰ ਗਿਆ ਘਰ ਚ ਕਦੀ ਕਲੇਸ਼ ਨਹੀਂ ਮੁੱਕ ਸਕਦਾ ਕੋ ਸਤਨਾਮ ਕਦੀ ਸ਼ਾਂਤੀ ਨਹੀਂ ਮਿਲ ਸਕਦੀ ਰਿਲੈਕਸ ਨਹੀਂ ਮਿਲ ਸਕਦਾ ਮਾਈਂਡ ਰਿਲੈਕਸ ਵਾਸਤੇ ਅੱਜ ਮੈਡੀਟੇਸ਼ਨ ਵਾਸਤੇ ਡਿਪਰੈਸ਼ਨ ਦੀ ਗੋਲੀਆਂ ਨੀਂਦ ਦੀ ਗੋਲੀਆਂ ਸਿਖਾਉਂਦੇ ਆ ਯਾਦ ਰੱਖਿਓ ਗੁਰੂ ਕੇ ਪਿਆਰਿਓ ਜਿਸ ਦਿਨ ਰੱਬ ਦਾ ਪ੍ਰੇਮ ਬਣ ਗਿਆ ਤੈਨੂੰ ਗੋਲੀਆਂ ਖਾਣ ਦੀ ਲੋੜ ਨਹੀਂ ਯਾਦ ਕੀ ਆਵੇਗਾ ਬੇਨਤੀ ਕਰਾਂਗੇ ਆਓ ਸੱਜਣਾ ਆਓ ਸੱਜਣਾ सदली जो
ਚਾਤਾ ਅੱਜ ਰੱਬ ਦੀ ਯਾਦ ਆਉਂਦੀ ਜਿਸ ਤਨ ਲਾਗੇ ਸੋਈ ਜਾਂਦੀ ਜਿਹਨੂੰ ਪਤਾ ਹੈ ਜਿਹਦੇ ਨਾਲ ਬਤੀਤ ਹੋਈ ਸਾਰੇ ਇਕੱਠੇ ਹੋ ਕੇ ਬੇਨਤੀ ਕਰਦੇ ਹਾਂ ਅੱਜ ਗੁਰੂ ਨਾਨਕ ਸਾਹਿਬ ਨੂੰ ਮਿਲਣ ਨੂੰ ਮਨ ਲੋਚਦਾ ਹੈ ਸਾਰੇ ਇਕੱਠੇ ਹੋ ਕੇ ਜਾਂਦੇ ਹਨ ਕਿਹਦੇ ਕੋਲ ਬੇਬੇ ਨਾਨਕੀ ਕੋਲ ਯਾਦ ਰੱਖਿਓ ਸਭ ਤੋਂ ਜੀਵਨ ਦੇ ਵਿੱਚ ਉਹ ਦੌਲਤ ਆਈ ਜਦ ਗੁਰੂ ਨਾਨਕ ਸਾਹਿਬ ਪ੍ਰਕਾਸ਼ ਹੋਏ ਸੰਸਾਰ ਚ ਆਏ ਉਸ ਦਾਈ ਨੇ ਵੇਖਿਆ ਮੈਂ ਦੁਨੀਆ ਦੇ ਘਰ ਬੱਚੇ ਜਨਮ ਹੁੰਦੇ ਵੇਖੇ ਆ ਇੱਕ ਅਲੱਗ ਅਲੱਗ ਸਤਸੰਗ ਜੀ ਕਈ ਵਾਰੀ ਲੱਗਦਾ ਹੈ ਨਾ ਕਿਸੇ ਬੰਦੇ ਕੋਲ ਬੈਠੀਏ ਸੰਸਾਰੀ ਕਿਸੇ ਨਾਲ ਵੀ ਤੇ ਦਿਲ ਕਰਦਾ ਹੈ ਯਾਰ ਮੈਂ ਇਹਦੇ ਕੋਲ ਬੈਠਾ ਮੇਰਾ ਦਿਲ ਕਰਦਾ ਮੈਂ ਇੱਕ ਵਾਰੀ ਜਪਾਂ ਸਤਨਾਮ ਸਤਸੰਗ ਜੀ ਗੁਰਬਾਣੀ ਕਹਿੰਦੀ ਹੈ ਜਿਸ ਕੋਲ ਬੈਠੇ ਤੈਨੂੰ ਵਾਹਿਗੁਰੂ ਚਿਤ ਆਵੇ ਉਹ ਸੰਤ ਹੈ ਸੰਤ ਇੱਥੇ ਲੱਗਦਾ ਹੈ ਭਾਵੇਂ ਚਿੱਟਾ ਚੋਲਾ ਪਾ ਕੇ ਮੇਰੇ ਵਾਂਗ ਬੈਠਾ ਹੋਵੇ ਪਰ ਚਿੱਤ ਨਾਮ ਨਹੀਂ ਆ ਰਿਹਾ ਚਿੱਤ ਰੱਖਣਾ ਫਿਰ ਉਹ ਆਪ ਵੀ ਨਹੀਂ ਜਪਦਾ ਦੂਜੇ ਨੂੰ ਕੀ ਜਪਾਏ ਬਸ ਲੋੜ ਇੰਨੀ ਹੈ ਕੋਈ ਆਨ ਮਿਲਾਵੇ ਮੇਰੇ ਪ੍ਰੀਤਮ ਪਿਆਰ ਮੈਨੂੰ ਕੋਈ ਮਿਲਾ ਦੇ ਬਸ ਰੱਬ ਤੱਕ ਪਹੁੰਚਾ ਦੇ ਸਾਰੇ ਮਿਲ ਕੇ ਕਹਿੰਦੇ ਬੇਬੇ ਨਾਨਕੀ ਕੋ ਜਾਣੇ ਬੇਨਤੀ ਕਰਦੇ ਹਨ ਬੇਬੇ ਬਹੁਤ ਚਿਰ ਹੋ ਗਿਆ ਹੈ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ ਗੁਰੂ ਨਾਨਕ ਸਾਹਿਬ ਬਹੁਤ ਦੂਰ ਹੋ ਗਏ
बेबे तुसी बेंती करोगे सच्चे पाशा आउन दी। सब नू पता सी बेबे दी गल नू गुरु नानक साहिब नहीं मोड़दे। सात संगत जी जानकारी वास्ते एक गल कहां, आ कीर्तन कर रहे हैं ना, आ कीर्तन भी बेबे दी बदौलत है, बेबे नानकी दी। किवें किवें मर्दाना जी रबाब लैण वास्ते कहण लगे रबाब लैणी है, ओ पहली माया बेबे नानकी ने दिती, जिस माया नू लैके मर्दाना जी रबाब लैके आए। देखो नाम दे जपण वाले दी बरकत पई है ना, जिसने पहचानिया गुरु नानक साहब नू ओदी बरकत पई है, उस बरकत दे अंदर अज असी सारे कीर्तन कर रहे हां। गुरु के प्यारे हो, एक दिन मर्दाना जी पता की कहे बाबा जी, कहण लगे सच्चे पातशाह बाबा नानक सिंह जी एक वचन करया करते सन गुरु के प्यारियो, बाबा जी नो जिस लफ्जा च किताबा च किसने भी लिखया है, जे ओ लफ्ज सत्कार योग नहीं तुसी नहीं पढ़ना होगा, जाते तुहाडा निम बहुत है, जाते भजन बंदगी बहुत है, ता तुसी सतगुरां दे नां कल्ला लै सकदे हो, लैंदे ना सी तुहानी कृपा होवे, जे नहीं है मैं ते सज्जन ठग दा ही पार्टी दा बंदा हां, मैं ते गुरु नानक साहिब ही कहांगा। चेत रखियो जीवन दे अंदर एक गुरु दी कृपा है। मर्दाना कहण लगा बाबा जी जे मैं किसी राजे महाराजिया दे घर रबाब वजांदा ना गाउंदा तां मैनूं बहुत ही दौलत मिलदी, तुसी फकीर हो तुहाडे नाल की मिलना है। देखो एक गहरी गल है, बहुत गहरी। असी कहने ना बाबा जी गुरुद्वारे बह के की मिलना है, कहने कई बारी सानू आंदा है मन च विचार आउंदी है, इस विचार नू असी गुरु नानक साहिब दी साखी दे नाल मिलना है, फिर देखना बाबा जी असी किथे बैठे हैं। कई लोग तो इस तरह पूछते हैं कि बाबा जी ते गुरु ग्रंथ साहिब महाराज बोलते ही है, सानू समझ नहीं आता की करिए, मारे कहंदे बिन बोलिया सतगुर जानदे, मारे कहंदे बिना बोले सतगुर जानदे हैं। सच जानियो ਇਹ ਤੇ ਤਦ ਪਤਾ ਚੱਲਦਾ ਹੈ ਜਦ ਘਰ ਵਿੱਚ ਬੜਾ ਵੱਡਾ ਘਾਟਾ ਪੈਣ ਲੱਗਾ ਹੋਵੇ, ਬਹੁਤ ਵੱਡਾ ਦੁੱਖ ਆਇਆ, ਐਕਸੀਡੈਂਟ ਆਇਆ, ਤੇ ਚਰੀਟ ਲੱਗ ਕੇ ਤੂੰ ਬਚ ਗਿਆ, ਤੇ ਯਾਦ ਰੱਖੀ ਉਹ ਸਤਸੰਗ ਕੀਤਾ ਸੀ, ਗੁਰੂ ਕੋਲ ਬੈਠਾ ਸੀ, ਬਿਨਾਂ ਬੋਲਿਆ ਗੁਰੂ ਨੇ ਰਾਖੀ ਕਰਤੀ, ਆਖੋ ਸਤਨਾਮ। ਮਰਦਾਨਾ ਕਹਿਣ ਲੱਗਾ ਬਾਬਾ ਜੇ ਮੈਂ ਕਿਸੇ ਰਾਜਿਆਂ ਕੋਲ ਇਹ ਰਬਾਬ ਜਾਵਾਂ ਗਾਵਾਂ ਮੈਨੂੰ ਬਹੁਤੀ ਦੌਲਤ ਮਿਲੇਗੀ, ਤੇ ਸਤਿਗੁਰ ਮੁਸਕਰਾ ਕੇ ਕਹਿਣ ਲੱਗੇ ਮਰਦਾਨਿਆ ਯਾਦ ਰੱਖੀ ਤੂੰ ਰਾਜੇ ਦੇ ਅੱਗੇ ਵਜਾਵੇਂਗਾ ਆ ਰਬਾਬ ਦੌਲਤ ਮਿਲੇਗੀ। ਆ ਮਰਦਾਨਿਆ ਰਾਜੇ ਦੇ ਰਾਜੇ ਮਹਾਰਾਜੇ ਦੇ ਮਹਾਰਾਜੇ ਸਤਿਗੁਰ ਨਿਰੰਕਾਰ ਜਿਹੜੇ ਸ੍ਰਿਸ਼ਟੀ ਦੇ ਮਾਲਕ ਆ, ਆਪਾਂ ਉਹਦੇ ਅੱਗੇ ਰਬਾਬ ਵਜਾਈਏ ਕੀਰਤਨ ਕਰੀਏ, ਇਤਨੀ ਦੌਲਤ ਦੇ ਦੇਣਗੇ ਰਬਾਬ ਤੇ, ਇਤਨੀ ਕਿਰਪਾ ਕਰ ਦੇਣਗੇ ਮਰਦਾਨੇ, ਤੇਰੀ ਕੁੱਲ ਜਿੱਥੇ ਤੱਕ ਜੀਂਦੀ ਉੱਥੇ ਤੱਕ ਖਾਵੇਗੀ। ਆਪੋ ਸਤਨਾਮ। ਰੱਖੇ ਪਿਆਰੇ ਬਾਬਾ ਜੀ ਦਾ ਬਚਨ ਹੈ, ਉਸ ਕਲ ਵਿੱਚ ਅੱਜ ਵੀ ਮਰਦਾਨੇ ਕੁੱਲ ਚ ਕੋਈ ਵੀ ਗਾਉਂਦਾ ਹੈ ਸਿੱਖ ਕੌਮ ਕਿੰਨਾ ਪਿਆਰ ਕਰਦੀ ਹੈ। ਦੇਖੋ ਬਾਬੇ ਦੇ ਬਚਨ, ਅਸੀਂ ਵੀ ਸਕੂਲ ਚ ਮਿਲ ਜਾਈਏ, ਅਸੀਂ ਵੀ ਕੀਰਤਨ ਕਰੀਏ ਗੁਰੂ ਕੇ ਪਿਆਰਿਓ, ਫਿਰ ਅੱਗੇ ਸਾਖੀ ਕਰਦੇ ਹਾਂ, ਆਓ ਗੁਰੂ ਕੀ ਕੀਰਤੀ ਬਣੀਏ। ਕਿਵੇਂ ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਹਾਂ ਦੇਖਾਂ ਦਰਸ਼ਨ ਤੇਰਾ ਰਾਮ, ਆਹ
ਸਾਰੇ ਬੇਨਤੀ ਕਰਨ ਗਏ ਆਖਣ ਲੱਗੇ ਬੇਬੇ ਨਾਨਕੀ ਆਪ ਜੀ ਕਿਰਪਾ ਕਰੋ ਅਰਦਾਸ ਕਰੋ ਕੋਈ ਕਿ ਗੁਰੂ ਨਾਨਕ ਸਾਹਿਬ ਘਰ ਆ ਜਾਣ ਬੇਬੇ ਕਹਿੰਦੀ ਚੰਗਾ ਭਲਕੇ ਅੰਮ੍ਰਿਤ ਵੇਲੇ ਬੇਨਤੀਆਂ ਕਰਾਂਗੇ ਕੱਲ ਨੂੰ ਚੁਮਾਰੋ ਨੂੰ ਭਲਕੇ ਕਿਹਾ ਜਾਂਦਾ ਹੈ ਕਹਿਣ ਲੱਗੇ ਭਲਕੇ ਬੇਨਤੀ ਕਰਾਂਗੇ ਅੰਮ੍ਰਿਤ ਵੇਲਾ ਹੋਇਆ ਉਸ ਤਰ੍ਹਾਂ ਮਧੁਰ ਬਾਣੀ ਚ ਬੇਬੇ ਨਾਨਕੀ ਸਤਿਗੁਰਾਂ ਨੂੰ ਯਾਦ ਕਰਦੇ ਹਨ ਮਨ ਵਿੱਚ ਖਿਆਲ ਆਉਂਦਾ ਬੇਬੇ ਜੀ ਦੇ ਕਹਿੰਦੀ ਸੱਚੇ ਪਾਤਸ਼ਾਹ ਆ ਮੱਖਣ ਰਿੜਕਣ ਲੱਗੀ ਹੈ ਅੱਜ ਤੇ ਮੱਖਣ ਰਿੜਕਣ ਦਾ ਜ਼ਮਾਨਾ ਹੀ ਮੁੱਕ ਗਿਆ ਹੈ ਕਿਉਂਕਿ ਫੈਸਿਲਿਟੀਆਂ ਬਹੁਤ ਮਿਲੀਆਂ ਅੱਜ ਉਹ ਮਧਾਣੀ ਨਾਲ ਨਹੀਂ ਰਿੜਕਿਆ ਜਾਂਦਾ ਮਿਕਸੀ ਛੇਤੀ ਨਿਕਲ ਜਾਂਦਾ ਹੈ ਸਦਕੇ ਜਾਈਏ ਪਰ ਸਤਨਾਮ ਗੱਜ ਕੋ ਸਤਨਾਮ ਆਪਾਂ ਸਾਰੇ ਨੇ ਕੀਰਤਨੀਆਂ ਬਣੇ ਗੁਰੂ ਕੇ ਪਿਆਰਿਓ ਕੱਲੇ ਮਨੀ ਸਿੰਘ ਨੇ ਕੀਰਤਨ ਨਹੀਂ ਕਰਨਾ ਕੱਲ ਨੂੰ ਕਵਾਂਗੇ ਬਾਬਾ ਜੀ ਗੁਰਪੁਰਬ ਮਨਾਉਂਦੇ ਸਾਂ ਪਰ ਕੱਲੇ ਨੇ ਕੀਰਤਨ ਹੋਇਆ ਅਸੀਂ ਸਾਰੇ ਨੇ ਕੀਰਤਨ ਸੱਚੇ ਪਾਤਸ਼ਾਹ ਨੂੰ ਕਿਰਪਾ ਕਰਦੇ ਬੇਬੀ ਬੇਨਤੀ ਕਰਦੇ ਹਨ ਅੰਮ੍ਰਿਤ ਵੇਲਾ ਹੁੰਦਾ ਸੱਚੇ ਪਾਤਸ਼ਾਹ ਆ ਮੱਖਣ ਰਿੜਕ ਰਹੀ ਹਾਂ ਜਿਵੇਂ ਪਹਿਲੇ ਵੀ ਤੁਸੀਂ ਹੱਥ ਤੇ ਮੱਖਣ ਰੱਖਦੇ ਸਨ ਤੁਸੀਂ ਆ ਜਾਂਦੇ ਸਨ ਅੱਜ ਵੀ ਉੱਥੇ ਗੁਰੂ ਨਾਨਕ ਸਾਹਿਬ ਸਮਾਧ ਚ ਬੈਠੇ ਹਨ ਮਰਦਾਨਾ ਕੌਲ ਹੈ ਅੱਖਾਂ ਖੁੱਲੀਆਂ ਗੁਰੂ ਸਾਹਿਬ ਦੀਆਂ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਆ ਦੇਖ ਬੇਬੇ ਯਾਦ ਕਰਦੀ ਹੈ ਚੱਲ ਘਰ ਚੱਲੀਏ ਤੇ ਮਰਦਾਨਾ ਰੋ ਪੈਂਦਾ ਹੈ ਕਹਿੰਦਾ ਬਾਬਾ ਤੁਸੀਂ ਵੀ ਤੇ ਕਮਾਲ ਕਰਤੀ ਹੈ ਘਰੋਂ ਨਿਕਲੇ ਮੁੜ ਘਰ ਵੱਲ ਵੇਖੀਏ ਮੈਨੂੰ ਬੜੀ ਯਾਦ ਆਉਂਦੀ ਹੈ ਘਰ ਚੱਲੀਏ ਬਾਬਾ ਕਹਿੰਦਾ ਅੱਖਾਂ ਮੀ ਚੱਲ ਚੱਲੀਏ ਘਰ ਜਦ ਉਸ ਗਲੀਆਂ ਚ ਪਹੁੰਚੇ ਗਲੀਆਂ ਚ ਪਹੁੰਚੇ ਸੱਚ ਜਾਣਨਾ ਉਹ ਧੂੜਾਂ ਵੀ ਉਡੀਕਦੀਆਂ ਸਨ ਸਤਸੰਗ ਜੀ ਹੁਣੀ ਦਾਸ ਪਾਕਿਸਤਾਨ ਤੋਂ ਆਏ ਹਨ ਪਹਿਲਾਂ ਜੱਥਾ ਗਿਆ ਸੀ ਜਦੋਂ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਸੱਚਾ ਸੌਦਾ ਸਾਖੀਆਂ ਕਰਦੇ ਨੇ ਮੈਂ ਵੀ ਪਹਿਲੀ ਵਾਰ ਗਿਆ ਜ਼ਿੰਦਗੀ ਚ ਪਰ ਜਾ ਕੇ ਪਤਾ ਚੱਲਦਾ ਸਾਖੀਆਂ ਤੇ ਕਰਦੇ ਆ ਜਦ ਇੱਕ ਪ੍ਰੈਕਟੀਕਲ ਇੱਕ ਸਾਹਮਣੇ ਸਾਕਸ਼ਾਤ ਗੱਲ ਨਜ਼ਰ ਆਉਂਦੀ ਹੈ ਫਿਰ ਉਹਦੀ ਕਿਰਪਾ ਸੱਚੇ ਸੌਦੇ ਵਾਲੀ ਜਗ੍ਹਾ ਤੇ ਗਏ ਜਦ ਲੰਗਰ ਛਕਿਆ ਉਸ ਜਗ੍ਹਾ ਨੂੰ ਤੱਕਿਆ ਜਿੱਥੇ ਬਾਬੇ ਨੇ ਇੱਕ ਸੱਚਾ ਸੌਦਾ ਕੀਤਾ ਦਾਸ ਨੂੰ ਪ੍ਰਤੀਤ ਕਿਵੇਂ ਹੋਇਆ ਵੀਹ ਰੁਪਏ ਦਾ ਜਿਹੜਾ ਲੰਗਰ ਚਲਾਇਆ ਵੀਹ ਰੁਪਏ ਉੱਥੇ ਹਨ ਅਜੇ ਜਮਾ ਅਜੇ ਤੇ ਵਿਆਜ ਖਾਈ ਜਾਂਦੇ ਅਫਸਰਨਾ ਕਿਰਪਾ ਗੁਰੂ ਨਾਨਕ ਦਾ ਲੰਗਰ ਹੋਵੇ ਕਦੀ ਮੁੱਕਦਾ ਨਹੀਂ ਕਿਉਂਕਿ ਕਿਰਪਾ ਹੈ ਗੁਰੂ ਦੀ ਹਰ ਇੱਕ ਨੂੰ ਬੇਨਤੀ ਕਰਦਾ ਜਦ ਗੁਰੂ ਨਾਨਕ ਦਾ ਲੰਗਰ ਹੋਵੇ ਕਿਉਂਕਿ ਗੁਰੂ ਸਾਹਿਬ ਨੂੰ ਪ੍ਰਵਾਣਿਆ ਗਿਆ ਲੰਗਰ ਮਾਰਨ ਨੂੰ ਪ੍ਰਵਾਨਗੀ ਮਿਲੀ ਉਸ ਲੰਗਰ ਨੂੰ ਭਾਵੇਂ ਇੱਕ ਬੁਰਕੀ ਵੀ ਘਰ ਲੈ ਕੇ ਜਾਇਆ ਕਰੋ ਜਿਹੜੇ ਨਹੀਂ ਆਉਂਦੇ ਨਾਮ ਨਹੀਂ ਜਪਦੇ ਉਹਨਾਂ ਕੋਲ ਧੰਨ ਗੁਰੂ ਨਾਨਕ ਦਾ ਪ੍ਰਕਾਸ਼ ਉਤਸਵ ਹੈ ਇੱਕ ਬੁਰਕ ਛਕ ਲਓ ਤੁਸੀਂ ਇੱਕ ਬੁਰਕੀ ਛਕ ਲਓ ਸੱਚ ਜਾਣਨਾ ਇੱਕ ਦਿਨ ਵਕਤ ਆਵੇਗਾ ਜਿਹੜਾ ਤੁਹਾਡੇ ਤੋਂ ਪਹਿਲੇ ਉੱਠ ਕੇ ਜਪਣਗੇ ਸਤਨਾਮ ਪਰ ਗੁਰੂ ਨਾਨਕ ਦਾ ਲੰਗਰ ਜਦ ਥਾਲੀਆਂ 'ਚ ਮਿਲਦਾ ਹੈ ਨਾ ਆ ਘਰ ਦੀ ਰੋਟੀ ਨਹੀਂ ਹੈ ਇੱਕ ਇੱਕ ਦਾਣਾ ਬੜਾ ਕੀਮਤੀ ਹੈ ਪਤਾ ਨਹੀਂ ਕਿਸ ਨੇ ਕਿਹੜੀ ਭਾਵਨਾ ਦੇ ਨਾਲ ਉਹ ਇੱਕ ਰੁਪਿਆ ਵੀ ਉਹ ਸਤਿਗੁਰਾਂ ਦੇ ਘਰ ਵਿੱਚ ਲੇਖਾ ਲਾਇਆ ਹੈ ਸੱਚ ਜਾਣਿਓ ਇੱਕ ਦਾਣੇ ਦੀ ਵੀ ਕੀਮਤੀ ਹੈ ਕੋਸ਼ਿਸ਼ ਰਿਹਾ ਕਰੋ ਜਿੰਨਾ ਲੰਗਰ ਛਕਣਾ ਹੈ ਉਹਨਾਂ ਛਕੋ ਜੇ ਬਚ ਜੇ ਗਲਤੀ ਨਾ ਵੀ ਗੁਰੂ ਕੇ ਪਿਆਰਿਓ ਉਹ ਪੈਕ ਕਰਕੇ ਘਰ ਲੈ ਜਾਇਆ ਕਰੋ ਇਹ ਗੁਰੂ ਨਾਨਕ ਸਾਹਿਬ ਦੀ ਉਪਦੇਸ਼ ਹੈ ਮਾਰੇ ਕੀ ਕਹਿੰਦੇ ਹਨ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਤਿਗੁਰੂ ਜੀ ਨੇ ਕਿਹਾ ਹੈ ਨਾ ਕਿਰਤ ਕਰੋ ਕਿਰਤ ਦਾ ਭਾਵ ਹੈ ਸੱਚੀ ਕਿਰਤ ਮੈਂ ਫਿਰ ਕਹਿ ਦਵਾਂ ਉਹ ਕਿਰਤ ਕਰਨੀ ਹੈ ਜਿਹਦੇ ਨਾਲ ਮੈਨੂੰ ਰੱਬ ਚੇਤੇ ਆਵੇ ਉਹ ਕਿਰਤ ਨਹੀਂ ਕਰਨੀ ਜਿਹਦੇ ਨਾਲ ਮੈਨੂੰ ਸਮਾਇਆ ਬਿਜ਼ਨਸ ਯਾਦ ਆਵੇ ਮੇਰਾ ਸੋਧਰ ਵੀ ਮੁੱਕ ਜਾਵੇ ਮੇਰਾ ਅੰਮ੍ਰਿਤ ਵੇਲਾ ਵੀ ਚਲੇ ਜਾਵੇ ਨਹੀਂ ਬਾਬਾ ਉਸ ਕਿਰਤ 'ਚ ਤੁਸੀਂ ਨਜ਼ਰ ਆਉਣੇ ਚਾਹੀਦੇ ਮੈਨੂੰ ਨਾਮ ਜਪੋ ਹਰ ਸਮੇਂ ਸਾਜ ਗ੍ਰਾਸ ਨਾਮ ਜਪਿਆ ਕਰੋ ਵੰਡ ਛਕੋ ਜੋ ਮਿਲਦਾ ਹੈ ਪਰਿਵਾਰ ਦੇ ਨਾਲ ਸੰਗਤਾਂ ਦੇ ਨਾਲ ਵੰਡ ਕੇ ਛਕਿਆ ਕਰੋ ਗੁਰੂ ਕਿਰਪਾ ਕਰੋ ਬਾਬਾ ਜੀ ਉਸ ਗਲੀਆਂ 'ਚ ਆਉਂਦੇ ਹਨ ਉਡੀਕਦੇ ਹਨ
ਅੱਜ ਬੇਬੇ ਨਾਨਕੀ ਉਹ ਵਕਤ ਲੈ ਆਉਂਦੇ ਹਨ। ਅਰਦਾਸ ਕਰਦੇ ਸੱਚੇ ਪਾਤਸ਼ਾਹ ਹੱਥ ਤੇ ਮੱਖਣ ਹੈ, ਮੇਰੀ ਅੱਖਾਂ ਖੋਲਣ ਤੋਂ ਪਹਿਲੇ ਤੁਸੀਂ ਮੰਗ ਕੇ ਛਕ ਲਓ। ਬਸ ਇਤਨੀ ਗੱਲ ਕਹਿਣ ਦੀ ਲੋੜ ਹੈ। ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਪਿਆਰਿਓ ਗੁਰੂ ਨਾਨਕ ਸਾਹਿਬ ਬੂਹੇ ਤੇ ਆ ਜਾਂਦੇ। ਅੱਜ ਸਾਡੇ ਬੁਲਾਣ ਦੀ ਉਹ ਪਿਆਰ ਘਟ ਗਿਆ ਹੈ। ਬੱਚਾ ਜਦ ਆਪਣੀ ਮਾਂ ਨੂੰ ਬੁਲਾਉਂਦਾ ਹੈ, 100 ਬੰਦਾ ਵੀ ਬੈਠਾ ਹੋਵੇ ਉਹਦੇ ਅੰਦਰ ਮਾਂ ਸੁਣ ਲੈਂਦੀ। ਸਾਡੀ ਵੀ ਬੇਨਤੀ ਇਸ ਤਰ੍ਹਾਂ, ਬਾਬਾ ਅਸੀਂ ਸੱਜਣ ਠੱਗ ਦੇ ਪਾਰਟੀ ਦੇ ਬੰਦੇ ਹਾਂ, ਇੱਕ ਦਿਨ ਤੇ ਆਓਗੇ ਸਾਨੂੰ ਬਖਸ਼ਾਣ ਵਾਸਤੇ, ਇੱਕ ਦਿਨ ਤੇ ਮੁਝ ਗਰੀਬ ਦੇ ਘਰ ਆਓ। ਸਤਸੰਗ ਜੀ, ਇੱਥੇ ਇੱਕ ਗੱਲ ਯਾਦ ਆ ਗਈ ਮੈਨੂੰ, ਸਾਲਸ ਰਾਏ ਜੋਰੀ ਹੋਇਆ। ਮਹਾਰਾਜ ਗੁਰੂ ਨਾਨਕ ਸਾਹਿਬ ਉਹਦੇ ਘਰ ਪ੍ਰਸ਼ਾਦਾ ਛਕਣ ਗਏ। ਸਾਲਸ ਰਾਏ ਜੋਰੀ ਕਹਿੰਦਾ, ਸੱਚੇ ਪਾਤਸ਼ਾਹ ਜੇ ਤੁੱਠੇ ਹੋ ਅੱਜ ਮੇਰੇ ਘਰ ਤੁਸੀਂ ਲੰਗਰ ਛਕਿਆ ਤੇ ਕਿਰਪਾ ਕਰ ਦਿਓ, ਮੈਨੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਕਰ ਦਿਓ। ਸਤਿਗੁਰੂ ਜੀ ਮੁਸਕਰਾਏ, ਕਹਿਣ ਲੱਗੇ, ਸਾਲਸ ਰਾਏ ਜੋਰੀ ਤੂੰ ਸੱਚਾ ਸੌਦਾ ਕਰਦਾ ਹੈ, ਕਿਰਤ ਤੇਰੀ ਸੁੱਚੀ ਹੈ, ਤਾਂ ਮੈਂ ਤੇਰੇ ਘਰ ਲੰਗਰ ਛਕਣ ਆਇਆ। ਜੇ ਤੂੰ ਕਹਿੰਦਾ ਹੈ ਕਿ ਜਨਮ ਮਰਨ ਦਾ ਗੇੜ ਮੁਕਤ ਕਰ ਦੀਏ, ਤੇ ਸਾਲਸ ਰਾਏ ਜੋਰੀ ਯਾਦ ਰੱਖੀ, ਬੜੇ ਜਨਮ ਲੈਣੇ ਪੈਣੇ ਭਜਨ ਬੰਦਗੀ ਕਰਨੀ ਕਹਿਣੀ, ਤਾਂ ਕਿਰਪਾ ਹੋਵੇਗੀ। ਪਰ ਉਸਦੇ ਮਨ ਵਿੱਚ ਪ੍ਰੀਤ ਸੀ, ਪਿਆਰ ਸੀ। ਕਹਿਣ ਲੱਗਾ, ਮੈਂ ਸੁਣਿਆ ਸੱਚੇ ਪਾਤਸ਼ਾਹ ਦੇ ਘਰ ਨਿਰੰਕਾਰ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਦੇਖੋ ਪਿਆਰ ਹੋਵੇ। ਕਹਿਣ ਲੱਗੇ, ਘਾਟਾ ਨਹੀਂ ਹੈ, ਇੱਥੇ ਸਭ ਕੁਝ ਮਿਲਦਾ ਹੈ। ਤੇ ਸਤਿਗੁਰੂ ਮੁਸਕਰਾ ਕੇ ਫਿਰ ਕਹਿਣ ਲੱਗੇ, ਸਾਲਸ ਰਾਏ ਜੋਰੀ ਜੀ ਇੱਕ ਕੰਮ ਕਰੋ। ਕਹਿਣ ਲੱਗਾ, ਕਿਹੜਾ ਦੱਸੋ ਜੀ। ਕਹਿਣ ਲੱਗੇ, ਤੇਰਾ ਨੌਕਰ ਕਿੱਥੇ ਹੈ? ਕਹਿਣ ਲੱਗਾ, ਆ ਖੜਾ ਜੀ। ਅੱਛਾ, ਫਿਰ ਇੱਕ ਕੰਮ ਕਰ, ਆਪਣਾ ਸਿਰ ਇਸ ਨੌਕਰ ਦੇ ਚਰਨਾਂ 'ਚ ਰੱਖ ਦੇ। ਸਤਸੰਗ ਜੀ, ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ। ਅੱਜ ਸਾਡਾ ਨੌਕਰ ਸਾਡੇ ਪਲੰਘ ਤੇ ਨਹੀਂ ਬਹਿ ਸਕਦਾ, ਕੀ ਮੈਂ ਕਰਨਾ? ਅਸੀਂ ਕਹਿੰਦੇ ਥੱਲੇ ਬਹਿ ਕੇ ਪ੍ਰਸ਼ਾਦਾ ਛਕ ਲੈ, ਰਸੋਈ 'ਚ ਛਕ ਲੈ। ਸਤਿਗੁਰੂ ਜੀ ਕੀ ਕਹਿੰਦੇ ਹਨ? ਕਹਿਣ ਲੱਗੇ, ਜਦ ਟੱਠਣਾ ਹੈ ਸਤਸੰਗ, ਇੱਥੋਂ ਟੱਠਣਾ ਸੀ, ਇਹ ਗੁਰੂ ਹੀ ਕਰਾ ਸਕਦਾ, ਨਾ ਕੀਰਤਨੀਆਂ, ਨਾ ਪ੍ਰਚਾਰਕ, ਨਾ ਸੇਵਾਦਾਰ, ਨਾ ਲਾਂਗਰੀ, ਨਾ ਕੁਛ। ਜੇ ਉਸਦੀ ਮਿਹਰ ਹੋ ਜਾਵੇ, ਸੱਚ ਜਾਣਨਾ ਗੁਰੂ ਕੇ ਪਿਆਰਿਓ, ਇਹ ਡਾਕੂ ਤੋਂ ਸੰਤ ਬਣਾ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁੱਸੀਆਂ ਮੇਰਾ ਮਾਤੇ, ਉਹ ਕਰਾ ਸਕਦਾ, ਕਰਾ ਸਕਦਾ ਗੁਰੂ ਕੇ ਪਿਆਰਿਓ। ਸਤਿਗੁਰੂ ਕਹਿਣ ਲੱਗੇ, ਫਿਰ ਨੌਕਰ ਦੇ ਸਿਰ ਤੇ, ਨੌਕਰ ਦੇ ਕੰਨਾਂ 'ਚ ਆਪਣਾ ਸਿਰ ਰੱਖ ਦੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਆਹ ਤੇ ਮੇਰੇ ਘਰ ਦਾ ਨੌਕਰ ਹੈ, ਤੁਸੀਂ ਇਹਦੇ ਚਰਨਾਂ 'ਚ ਕਹਿੰਦੇ ਹੋ ਸਿਰ ਰੱਖਣ ਤੇ। ਬਾਬਾ ਜੀ, ਜੇ ਤੁਹਾਡੇ ਘਰ ਦਾ ਕੋਈ ਕੁੱਤਾ ਵੀ ਹੋਵੇ, ਮੈਂ ਉਹਦੇ ਚਰਨਾਂ 'ਚ ਆਪਣਾ ਸਿਰ ਰੱਖ ਦੇਵਾਂ। ਕੋ ਸਤਨਾਮ, ਦੇਖੋ ਕਿੰਨੀ ਕਿਰਪਾ। ਸਤਿਗੁਰੂ ਫਿਰ ਮੁਸਕਰਾ ਕੇ ਕਹਿਣ ਲੱਗੇ, ਸਾਲਸ ਰਾਏ ਜੌਹਰੀ, ਬਸ ਇਤਨੀ ਗੱਲ ਸੀ ਜਿਹਦੇ ਵਿੱਚ ਨਮਰਤਾ ਆ ਗਈ, ਉਹਦੇ ਹਿਰਦੇ 'ਚ ਮੈਂ ਆਪ ਵਾਸਾ ਕਰਦਾ। ਸਤਿਗੁਰ ਦੇ ਘਰ ਨਮਰਤਾ ਹੈ, ਸਤਿਗੁਰ ਦੇ ਘਰ ਗਰੀਬੀ ਹੈ, ਨਾਮ ਪੈਸਿਆਂ ਦੀ ਨਹੀਂ। ਯਾਦ ਰੱਖਿਓ, ਬੇਬੇ ਨਾਨਕੀ ਉੜੀਕਦੀ ਹੈ, ਸਤਿਗੁਰੂ ਬੂਹੇ ਤੇ ਆ ਜਾਂਦੇ ਹਨ। ਕਹਿੰਦੇ, ਬੇਬੇ ਮੈਂ ਆ ਗਿਆ। ਸਤਿਗੁਰੂ ਮੱਖਣ ਛਕਦੇ ਹਨ, ਗੱਲ ਵਕੜੀ ਨਾਲ ਆਉਂਦੇ ਹਨ, ਕਹਿੰਦੇ ਹਨ, ਬੇਬੇ ਕਹਿੰਦੀ ਬਹੁਤ ਉੜੀਕਾਂ ਕਰਾਈਆਂ ਪਰ ਤੁਸੀਂ ਆ ਗਏ। ਇਤਨੀ ਦੇਰ ਵਿੱਚ ਗੁਰੂ ਨਾਨਕ ਸਾਹਿਬ ਦੀ ਆਵਾਜ਼ ਉਹ ਪਿਤਾ ਜੀ ਸੁਣ ਲੈਂਦੇ ਹਨ, ਮਹਿਤਾ ਕਾਲੂ ਜੀ। ਜਦ ਵੀ ਉਹ ਬੁਰਕੀ ਤੋੜਦੇ ਸਨ, ਇਤਿਹਾਸ ਲਿਖਦਾ ਹੈ, ਦੇਖੋ ਸਾਖੀਆਂ ਸਾਰੀ ਦੁਨੀਆ ਲਿਖਦੀ ਹੈ, ਸਾਨੂੰ ਭਾਵਨਾ ਤੇ ਬਖਸ਼ਿਸ਼ ਲੈਣੀ ਗੁਰੂ ਸਾਹਿਬ ਕੋ। ਕਹਿੰਦੇ, ਜਦ ਵੀ ਬੁਰਕੀ ਤੋੜਦੇ ਸੀ, ਮੁੱਖ ਤੱਕ ਆਉਂਦੀ ਸੀ, ਬੁਰਕੀ ਥੱਲੇ ਡਿੱਗ ਜਾਂਦੀ ਸੀ। ਕਹਿੰਦੇ ਸੀ, ਮੈਂ ਉਹ 20 ਰੁਪਏ ਪਿੱਛੇ ਗੁਰੂ ਨਾਨਕ ਨੂੰ ਡਾਂਟਿਆ ਤੇ ਮਾਰਿਆ, ਮੈਨੂੰ ਨਹੀਂ ਪਤਾ ਸੀ ਉਹ ਮੇਰਾ ਪੁੱਤਰ ਨਹੀਂ, ਉਹ ਰੱਬ ਹੈ। ਅਸੀਂ ਗੁਰੂ ਦੇ ਕੋਲ ਰਹਿੰਦੇ ਹਾਂ, ਬਹੁਤ ਸਮੇਂ ਬਾਅਦ ਸਾਨੂੰ ਚੇਤੇ ਆਉਂਦੇ ਰੱਬ ਤੇ ਸਾਡੇ ਕੋਲ ਹੈ। ਬਾਣੀ ਕਹਿੰਦੀ, ਮੈਂ ਨਹੀਂ ਕਹਿੰਦਾ, ਕੀ ਕਹਿੰਦੀ ਹੈ? ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰੂ ਤੇ ਅੰਦਰ ਬੈਠਾ ਹੈ,
ਬੁੱਲਾ ਸ਼ਾਹ ਕਹਿੰਦਾ ਨਾ ਰੱਬ ਮਿਲਣਾ ਮਸੀਦਾਂ ਚ, ਨਾ ਰੱਬ ਮਿਲਣਾ ਮੰਦਰਾਂ ਚ, ਰੱਬ ਤੇ ਤੇਰੇ ਅੰਦਰ ਬੈਠਾ ਹੈ, ਤੂੰ ਚਾਹ ਕੇ ਦੇਖ ਤੇ ਸਹੀ। ਆ ਸਾਡਾ ਪ੍ਰੇਮ ਬਾਂਝੇ ਗੁਰੂ ਨਾਨਕ ਦੇ ਉਪਦੇਸ਼ ਤੇ, ਇਹ ਗੁਰਪੁਰਬ ਮਨਾ ਰਹੇ ਹਾਂ, ਕੁਛ ਕਿੰਨ ਸਾਨੂੰ ਬਾਬਾ ਜੀ ਕੋ ਮਿਲ ਜਾਵੇ, ਕੁਛ ਕਿੰਨ। ਸਤਸੰਗ ਜੀ ਬੜੀ ਦੁਨੀਆਂ ਬੈਠੀ, ਮੈਂ ਕਈ ਜਗ੍ਹਾ ਦੱਸਦਾ, ਗੱਲਾਂ ਚੋਂ ਗੱਲ ਹੈ, ਬੁੱਲਾ ਠਾ ਸੰਗਤ ਦੇ ਵਿੱਚ ਉਹਦਾ ਗੁਰੂ ਉਪਦੇਸ਼ ਦੇ ਰਿਹਾ ਹੈ, ਅਚਾਨਕ ਉਹਦੇ ਗੁੱਸਾ ਆ ਗਿਆ ਉਹਦੇ ਗੁਰੂ ਨੂੰ, ਕਹਿਣ ਲੱਗਾ ਬੁੱਲਿਆ ਉੱਠ ਤੇ ਬਾਹਰ ਨਿਕਲ ਜਾ, ਉੱਠ ਤੇ ਬਾਹਰ ਨਿਕਲ ਜਾ। ਬੁੱਲਾ ਉੱਠਿਆ, ਹੱਸਣ ਲੱਗ ਗਿਆ, ਨੱਚਣ ਲੱਗ ਗਿਆ, ਸਾਰੀ ਦੁਨੀਆਂ ਦੇਖਦੀ, ਸੰਗਤ ਦੇਖਦੀ ਹੈ ਕਿ ਬੁੱਲੇ ਨੂੰ ਕੀ ਹੋ ਗਿਆ। ਸੱਚ ਜਾਣਿਓ, ਗੁਰੂ ਪੁੱਛਦਾ ਬੁੱਲੇ ਕੀ ਹੋਇਆ ਤੈਨੂੰ, ਡਾਂਟਿਆ ਬਾਹਰ ਨਿਕਲਣਾ, ਕਹਿਣ ਲੱਗਾ ਆਪ ਜੀ ਦੇ ਮਨ ਵਿੱਚ ਇਤਨੀ ਦੁਨੀਆਂ ਬੈਠੀ, ਦੇਖੋ ਇੱਕ ਬੁੱਲਾ ਹੀ ਯਾਦ ਆਇਆ, ਸਦਕੇ ਜਾਵਾਂ ਮੇਰੇ ਗੁਰੂ ਦੇ ਮਨ ਵਿੱਚ ਬੁੱਲਾ ਬੈਠਾ ਹੈ, ਭਾਵੇਂ ਤੁਸੀਂ ਡਾਂਟਿਆ ਫਟਕਾਰਿਆ, ਪਰ ਮੈਨੂੰ ਖੁਸ਼ੀ ਹੈ ਸਾਰੀ ਦੁਨੀਆਂ ਵਿੱਚੋਂ ਬੁੱਲੇ ਨੂੰ ਹੀ ਡਾਂਟਿਆ। ਕੋ ਸਤਨਾਮ ਪਿਆਰਿਓ, ਪਿਆਰ ਮਿਲ ਜਾਵੇ, ਪਿਤਾ ਨੂੰ ਮਿਲੇ ਸਤਿਗੁਰ ਸੱਚੇ ਪਾਤਸ਼ਾਹ, ਮਾਤਾ ਨੂੰ ਮਿਲੇ, ਮਾਤਾ ਗਲਵਕੜੀ ਨਾ ਲਾ ਕੇ ਕਹਿੰਦੀ ਹੁਣ ਵਾਪਸ ਨਹੀਂ ਜਾਣ ਦੇਣਾ, ਤੇ ਬੇਬੇ ਨਾ ਕੀ ਕਹਿੰਦੀ ਹੈ, ਮਾਂ ਇਹ ਗੁਰੂ ਨਾਨਕ ਸਾਡੇ ਨਹੀਂ ਹੈ, ਇਹ ਗੁਰੂ ਨਾਨਕ ਪੂਰੇ ਜਗਤ ਦੇ ਹਨ, ਇਹ ਗੁਰੂ ਨਾਨਕ ਨੇ ਕਿੰਨਿਆਂ ਨੂੰ ਤਾਰਨਾ ਹੈ। ਮਾਂ ਜੇ ਘਰ ਰਹਿ ਗਏ ਤੇ ਸੱਚ ਜਾਣਿਓ ਕਿਤਨਿਆਂ ਦਾ ਭਲਾ ਰੁਕ ਜਾਵੇਗਾ, ਸਾਡਾ ਭਲਾ ਕਰਨ ਆਏ ਸੀ ਬਾਬਾ ਜੀ। ਪੰਡਤਾਂ ਨੂੰ ਕੀ ਲੋੜ ਸੀ ਕਹਿਣ ਦੀ ਕਿ ਸੂਰਜ ਨੂੰ ਪਾਣੀ ਨਹੀਂ ਜਾਂਦਾ, ਮੇਰੇ ਖੇਤਾਂ ਵੱਲ ਨੂੰ ਜਾਂਦਾ, ਬਾਬਾ ਜੀ ਕਹਿੰਦੇ ਹਨ ਆ ਪਾਣੀ ਦੂਰ ਤੱਕ ਨਹੀਂ ਜਾਂਦਾ, ਜਿਸ ਗ੍ਰੰਥ ਜਿਸ ਬਾਣੀ ਨੂੰ ਤੂੰ ਪੜ੍ਹਦਾ ਹੈ ਉਹਨੂੰ ਅੰਦਰ ਵਸਾਲ। ਕੋ ਸਤਨਾਮ, ਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਰਾਏ ਬੁਲਾਰ ਕੋਟ ਖੜਾ ਲਾਲੋ ਬਗੀਰਤ, ਮੱਥਾ ਟੇਕਦੇ ਸੱਚੇ ਪਾਤਸ਼ਾਹ ਹੁਣ ਨਹੀਂ ਜਾਣਾ, ਸਤਿਗੁਰਾਂ ਨੂੰ ਜਾਣਾ ਪਿਆ, ਕਿਰਪਾ ਹੋਈ, ਬਖਸ਼ਿਸ਼ ਹੋਈ, ਰਹਿਮਤ ਭਰਿਆ ਹੱਥ ਸਤਿਗੁਰ ਰੱਖਦੇ ਹਨ ਸਾਡੇ ਘਰ ਵੀ ਇੱਕ ਦਿਨ ਆਣ। ਆਓ ਉਡੀਕਾਂ ਨਾਲ ਬੇਨਤੀਆਂ ਕਰੀਏ, ਕੀ ਕਹਿੰਦੇ ਹਨ, ਨਾਨਕ ਸਾਜਣ ਕੋ ਬਲਿ ਜਾਈਏ, ਸਾਜੀ ਮਿਲੇ ਕਰਿਆ।
पढ़ लिए समाप्ति जी, गुरु कृपा कर जी। हाँ देखा दर्शन तेरा सारी संगत जी, सारे गुरु के कीर्तनीय बनिए, गुरु साहब बख्शिश करन जी। अब सजना, अब सजना, हाँ देखा दर्शन तेरा रा, हाँ देखा दर्शन तेरा सेवा परवान। कोटान कोटान शुक्राना गुरु ग्रंथ साहिब महाराज जी दा, जिन्हां दे सदके संगत करन दा मौका मिलिया, इस रसना नाल संगत दे जोड़े चाढ़न दा मौका मिलिया है। सतगुरु जी कृपा करन, बख्शिश करन। समूह प्रबंधक कमेटी दा धन्नवाद, आई हुई रब रूपियां संगतां दा धन्नवाद, मेरे प्यारे वीर हरजस लाइव वालियां दा बहुत धन्नवाद। सतगुरु कृपा करन, बड़े प्यारे सत्कारयोग गुरमुख प्यारे भाई साहब भाई महताब सिंह जी आ गए हैं। आप जी उन्हां कोलों कीर्तन सरवण करो, होइयां फुल्लां दी खिमा, जे कोई किन मात्र भी आप जी दे मन विच लग्या है, गुरु का जस गाया है, जितने बजे भी उठते हो सतगुर कृपा करें, एक बारी जपया करो सतनाम, गज के फतेह गजाओ, वाहेगुरु जी का खालसा वाहेगुरु जी की फतेह। ਕਾਰਾ ਭਾਈ ਸਾਹਿਬ ਪੰਨੀ ਸਿੰਘ ਜੀ ਦੇ ਹੁੰਦੇ ਜਿੱਥੇ ਵਾਸਤੇ